ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਤੁਹਾਡੇ ਨਾਲ ਵੀਰੇ ਸਾਂਝੀ ਕਰਨ ਲੱਗੇ ਹਾਂ। ਐਂਦਾ ਨਾ ਆਪਾਂ ਪੰਪ ਕਰਾਉਣਾ ਹੈ ਅਤੇ ਪੰਪ ਦੇ ਵਿੱਚ ਫਾਲਟ ਹੁਣ ਇੰਨਾ ਪੈ ਗਿਆ, ਮੰਨ ਲਓ ਡੀਜ਼ਲ ਬਹੁਤ ਖਾਧੀ ਜਾਂਦਾ ਹੈ ਅਤੇ ਜਦੋਂ ਚੱਲਦੇ ਚੱਲਦੇ ਵੀ ਰੇਸ ਆਪਾਂ ਸਲੋ ਕਰ ਦਈਏ ਨਾ, ਘੱਟ ਕਰ ਦਈਏ ਮੰਨ ਲਓ, ਅਤੇ ਬੰਦ ਹੋ ਜਾਂਦਾ। ਅਤੇ ਜਦੋਂ ਸਟਾਰਟ ਕਰੀਦਾ ਉਦੋਂ ਵੀ ਰਾਊਂਡ ਲੈ ਕੇ ਸਟਾਰਟ ਹੁੰਦਾ ਹੈ, ਅਤੇ ਸਟਾਰਟ ਜਦੋਂ ਹੁੰਦਾ ਤਾਂ ਇੱਕੇ ਰੇਸ ਫੜਦਾ ਟਰੈਕਟਰ। ਮੈਂ ਤੁਹਾਨੂੰ ਸਟਾਰਟ ਕਰਕੇ ਵਿਖਾਉਣਾ, ਮੰਨ ਲਓ ਰੇਸ ਥੋੜ੍ਹੀ ਜਿਹੀ ਫੜ ਕੇ ਉਦੋਂ ਫਿਰ ਘੱਟ ਕਰ ਜਾਂਦਾ। ਹੁਣ ਸ਼ਾਇਦ ਫੜੇਗਾ ਨਾ, ਰੇਸ ਦਿੰਦਾ, ਰੇਸ ਦੀ ਵੇਖੋ ਕਿਵੇਂ ਕਰਦਾ, ਰੇਸ ਥੋੜ੍ਹੀ ਜਿਹੀ ਦਿੰਦਾ ਮੈਂ, ਆ ਵੇਖੋ ਕਰਕੇ ਸ਼ਹਿਰ ਨਹੀਂ ਜਾ ਹੋ ਰਿਹਾ, ਅਤੇ ਹੁਣ ਇਹਨੂੰ ਲੈ ਕੇ ਜਾਵਾਂਗੇ ਸ਼ਹਿਰ, ਇਹਦਾ ਪੰਪ ਦਾ ਕੰਮ ਕਰਾ ਕੇ ਲਿਆਉਣਾ। ਮੇਰੇ ਹਿਸਾਬ ਨਾਲ ਤਾਂ ਪੰਪ ਦਾ ਕੰਮ ਵਾਹਵਾ ਹੀ ਹੋਊਗਾ, ਬਾਕੀ ਖੁੱਲਿਆਂ ਪਤਾ ਲੱਗ ਜੂਗਾ। ਉਹ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਜਿਹੜੇ ਵੀਰ ਨਵੇਂ ਨੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾ ਲਿਓ। ਆਪਾਂ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਆਵੇ ਤੁਹਾਨੂੰ ਸੋਹਣਾ ਹੁਣ ਮੈਂ ਚਲਾ ਕੇ ਪਹਿਲੇ ਆਈ ਪਹਿਲਾਂ ਆਪੇ ਬੰਦ ਹੋ ਗਿਆ। ਮੈਂ ਕੋਈ ਸੋਚ ਨਹੀਂ ਕੱਟਿਆ, ਆਵੇ ਸੋਚ ਲੱਗਾ ਹੋਇਆ ਆਵੇ ਅਤੇ ਐਵੇਂ ਕਰਦਾ ਕਰਦਾ ਬੰਦ। ਹੁਣ ਜੇ ਸਟਾਰਟ ਹੋਊਗਾ ਨਾ ਤਾਂ ਰਾਊਂਡ ਲੈ ਕੇ ਸਟਾਰਟ ਹੋਊਗਾ। ਮੈਂ ਤੁਹਾਨੂੰ ਵਿਖਾਉਣਾ ਮੈਂ ਆਵੇ ਕਿੰਨਾ ਰਾਊਂਡ ਲਿਆ ਤੇ ਡੀਜ਼ਲ ਖੋਲਦਾ ਟੈਂਕੀ, ਟੈਂਕੀ ਖੋਲ ਭਰ ਕੇ ਲਿਆਇਆ ਮੈਂ ਘਰੋਂ ਅਤੇ ਆਵੇ ਕੋ ਆਪੇ ਬੰਦ ਹੋ ਗਿਆ। ਹੁਣ ਮੈਂ ਫਿਰ ਸਟਾਰਟ ਕਰਦਾ, ਹੁਣ ਨਹੀਂ ਬੰਦ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਆ ਵੇਖੋ ਫਿਰ ਬੰਦ ਹੋ ਗਿਆ। ਅਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾ ਲਿਓ। ਆਪਾਂ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਬਸ ਇੱਕ ਅੱਧੇ ਦਿਨ 'ਚ ਲੈ ਕੇ ਜਾਣਾ ਹੀ ਪੈਣਾ ਜਿਹਨੂੰ ਸ਼ਹਿਰ ਏ, ਬਾਹਲਾ ਹੀ ਕੰਮ ਇਹਦਾ ਵੱਧਦਾ ਜਾਂਦਾ। ਅਤੇ ਆਹ ਹੁਣ ਮੈਂ ਫਿਰ ਸਟਾਰਟ ਕਰਦਾ, ਚਾਬੀ ਦੇ ਹੱਥ ਨਹੀਂ ਮੈਂ ਰੱਖਦਾ। ਆਵੇ ਰਾਊਂਡ ਕਿੰਨਾ ਲੈਂਦਾ ਪਿਆ, ਆਵੇ ਹੁਣ ਚਾਬੀ ਦੇ ਹੱਥ ਨਹੀਂ ਮੈਂ ਰੱਖਦਾ, ਬੰਦ ਆਪੇ ਹੋਊਗਾ ਮੇਰੇ ਹਿਸਾਬ ਨਾਲ। ਅਤੇ ਆਵੇ ਬੰਦ ਹੋ ਗਿਆ ਆਪੇ।
ਐਵੇਂ ਕਰਦਾ ਜੀ। ਅਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਇਕਨ ਨੂੰ ਦਬਾ ਲਿਓ, ਆਪਾਂ ਇੱਦਾਂ ਦੇ ਵੀਡੀਓ ਲੈ ਕੇ ਆਉਂਦੇ ਰਹੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।